ਪ੍ਰਸ਼ਾਸਨ ਨੇ ਕਈ ਸਾਲ ਪੁਰਾਣੇ ਮਜ਼ਾਰ ਨੂੰ ਢਾ ਦਿੱਤਾ, ਬੁਲਡੋਜ਼ਰ ਚਲਾ ਦਿੱਤਾ, 5 ਤੋਂ 7 ਸੈਕਿੰਡਾਂ ਦੇ ਵਿੱਚ ਮਲਬਾ ਬਣਾ ਦਿੱਤਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛੱਤੀਸਗੜ੍ਹ ਦੇ ਭਲਾਈ ਦੇ ਵਿੱਚ ਕਰੋੜਾਂ ਦੀ ਜ਼ਮੀਨ ਤੇ ਇਸ ਮਜ਼ਾਰ ਦੀ ਉਸਾਰੀ ਕੀਤੀ ਹੋਈ ਸੀ। JCB ਦੀ ਸਹਾਇਤਾ ਦੇ ਨਾਲ ਮਜ਼ਾਰ, ਦੁਕਾਨਾਂ ਤੇ ਇੱਕ ਜੰਝ ਘਰ ਵੀ ਢਾ ਦਿੱਤਾ ਗਿਆ। 5 ਤੋਂ 7 ਸੈਕਿੰਡਾਂ ਦੇ ਵਿੱਚ ਇਸ ਨੂੰ ਢਹਿ ਢੇਰੀ ਕਰ ਦਿੱਤਾ। ਨਗਰ ਨਿਗਮ ਦੀ ਟੀਮ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ। ਧਾਰਮਿਕ ਸਮਾਗਮਾਂ ਦੇ ਲਈ ਜ਼ਮੀਨ ਦਿੱਤੀ ਗਈ ਸੀ। ਧਾਰਮਿਕ ਆਗੂਆਂ ਨੇ ਉਸਨੂੰ ਹੋਰ ਅੱਗੇ ਵਧਾ ਲਿਆ, ਇੱਥੇ ਨਾਜਾਇਜ਼ ਉਸਾਰੀਆਂ ਕਰ ਲਈਆਂ। ਤਾਂ ਹੁਣ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਨਗਰ ਨਿਗਮ ਨੇ 3 ਦਿਨ ਪਹਿਲਾਂ ਨੋਟਿਸ ਦੇ ਦਿੱਤਾ ਸੀ ਤੇ ਅੱਜ ਬੁਲਡੋਜ਼ਰ ਅਤੇ JCB ਦੀ ਸਹਾਇਤਾ ਦੇ ਨਾਲ ਮਜ਼ਾਰ ਨੂੰ ਢਾ ਦਿੱਤਾ। ਨਗਰ ਨਿਗਮ ਨੇ ਇਹ ਸਾਰਾ ਕਬਜ਼ਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹਟਾਇਆ ਹੈ। ਪੁਲਿਸ ਵੱਲ ਵੀ ਮੌਕੇ ਤੇ ਮੌਜੂਦ ਸੀ ਜਦੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਮਜ਼ਾਰ ਦੀ 4 ਦੀਵਾਰੀ, 5 ਦੁਕਾਨਾਂ ਤੇ 1 ਮੈਰਿਜ ਹਾਲ ਅਤੇ ਸਵਾਗਤੀ ਗੇਟ ਨੂੰ ਬੁਲਡੋਜ਼ਰ ਦੇ ਨਾਲ ਢਾ ਦਿੱਤਾ। ਇਹ ਕਾਰਵਾਈ ਤੋਂ ਪਹਿਲਾਂ ਨਗਰ ਨਿਗਮ ਨੇ 3 ਦਿਨ ਪਹਿਲਾਂ ਨੋਟਿਸ ਭੇਜ ਦਿੱਤਾ ਸੀ। ਉਸ ਤੋਂ ਬਾਅਦ ਇਸ ਮਜ਼ਾਰ ਨੂੰ, ਇੱਥੇ ਬਣੀਆਂ ਦੁਕਾਨਾਂ ਨੂੰ ਤੇ 1 ਮੈਰਿਜ ਹਾਲ ਨੂੰ ਢਾ ਦਿੱਤਾ। ਦੱਸ ਦਈਏ ਕਿ ਕਰੋੜਾਂ ਦੀ ਜ਼ਮੀਨ ਸੀ ਜਿੱਥੇ ਇਹਨਾਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਉਸ ਜਗ੍ਹਾ ਤੇ ਹੀ ਮਜ਼ਾਰ ਦੀ ਉਸਾਰੀ ਕਈ ਸਾਲ ਪਹਿਲਾਂ ਕਰ ਦਿੱਤੀ ਸੀ, ਜੋ ਅੱਜ ਬੁਲਡੋਜ਼ਰ ਦੇ ਨਾਲ ਢਾ ਦਿੱਤੀ ਗਈ। ਪ੍ਰਸ਼ਾਸਨ ਨੇ ਕਈ ਸਾਲ ਪੁਰਾਣੇ ਮਜ਼ਾਰ ਨੂੰ ਢਾ ਦਿੱਤਾ, ਬੁਲਡੋਜ਼ਰ ਚਲਾ ਦਿੱਤਾ, 5 ਤੋਂ 7 ਸੈਕਿੰਡਾਂ ਦੇ ਵਿੱਚ ਮਲਬਾ ਬਣਾ ਦਿੱਤਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛੱਤੀਸਗੜ੍ਹ ਦੇ ਭਲਾਈ ਦੇ ਵਿੱਚ ਕਰੋੜਾਂ ਦੀ ਜ਼ਮੀਨ ਤੇ ਇਸ ਮਜ਼ਾਰ ਦੀ ਉਸਾਰੀ ਕੀਤੀ ਹੋਈ ਸੀ। JCB ਦੀ ਸਹਾਇਤਾ ਦੇ ਨਾਲ ਮਜ਼ਾਰ, ਦੁਕਾਨਾਂ ਤੇ 1 ਜੰਝ ਘਰ ਵੀ ਢਾ ਦਿੱਤਾ ਗਿਆ। 5 ਤੋਂ 7 ਸੈਕਿੰਡਾਂ ਦੇ ਵਿੱਚ ਇਸ ਨੂੰ ਢਹਿ ਢੇਰੀ ਕਰ ਦਿੱਤਾ। ਨਗਰ ਨਿਗਮ ਦੀ ਟੀਮ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ। ਧਾਰਮਿਕ ਸਮਾਗਮਾਂ ਦੇ ਲਈ ਜ਼ਮੀਨ ਦਿੱਤੀ ਗਈ ਸੀ। ਧਾਰਮਿਕ ਆਗੂਆਂ ਨੇ ਉਸਨੂੰ ਹੋਰ ਅੱਗੇ ਵਧਾ ਲਿਆ, ਇੱਥੇ ਨਾਜਾਇਜ਼ ਉਸਾਰੀਆਂ ਕਰ ਲਈਆਂ। ਤਾਂ ਹੁਣ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਨਗਰ ਨਿਗਮ ਨੇ 3 ਦਿਨ ਪਹਿਲਾਂ ਨੋਟਿਸ ਦੇ ਦਿੱਤਾ ਸੀ ਤੇ ਅੱਜ ਬੁਲਡੋਜ਼ਰ ਅਤੇ JCB ਦੀ ਸਹਾਇਤਾ ਦੇ ਨਾਲ ਮਜ਼ਾਰ ਨੂੰ ਢਾ ਦਿੱਤਾ। ਨਗਰ ਨਿਗਮ ਨੇ ਇਹ ਸਾਰਾ ਕਬਜ਼ਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹਟਾਇਆ ਹੈ। ਪੁਲਿਸ ਵੱਲ ਵੀ ਮੌਕੇ ਤੇ ਮੌਜੂਦ ਸੀ ਜਦੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਮਜ਼ਾਰ ਦੀ 4 ਦੀਵਾਰੀ, 5 ਦੁਕਾਨਾਂ ਤੇ 1 ਮੈਰਿਜ ਹਾਲ ਅਤੇ ਸਵਾਗਤੀ ਗੇਟ ਨੂੰ ਬੁਲਡੋਜ਼ਰ ਦੇ ਨਾਲ ਢਾ ਦਿੱਤਾ। ਇਹ ਕਾਰਵਾਈ ਤੋਂ ਪਹਿਲਾਂ ਨਗਰ ਨਿਗਮ ਨੇ 3 ਦਿਨ ਪਹਿਲਾਂ ਨੋਟਿਸ ਭੇਜ ਦਿੱਤਾ ਸੀ। ਉਸ ਤੋਂ ਬਾਅਦ ਇਸ ਮਜ਼ਾਰ ਨੂੰ, ਇੱਥੇ ਬਣੀਆਂ ਦੁਕਾਨਾਂ ਨੂੰ ਤੇ 1 ਮੈਰਿਜ ਹਾਲ ਨੂੰ ਢਾ ਦਿੱਤਾ। ਦੱਸ ਦਈਏ ਕਿ ਕਰੋੜਾਂ ਦੀ ਜ਼ਮੀਨ ਸੀ ਜਿੱਥੇ ਇਹਨਾਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਉਸ ਜਗ੍ਹਾ ਤੇ ਹੀ ਮਜ਼ਾਰ ਦੀ ਉਸਾਰੀ ਕਈ ਸਾਲ ਪਹਿਲਾਂ ਕਰ ਦਿੱਤੀ ਸੀ, ਜੋ ਅੱਜ ਬੁਲਡੋਜ਼ਰ ਦੇ ਨਾਲ ਢਾ ਦਿੱਤੀ ਗਈ।